ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਪੱਠੇ ਵਾਲੇ ਬਲੌਗਸ 'ਤੇ। ਸੋ ਦੋਸਤੋ, ਅੱਜ ਸਾਡੇ ਟ੍ਰਿਪ ਦਾ ਹੈ ਜੀ 13ਵਾਂ ਦਿਨ। ਸੋ ਅਸੀਂ ਕੱਲ੍ਹ ਰਾਤ 'ਤੇ ਆਏ ਹੋਏ ਹਾਂ ਜੀ ਜੋਧਪੁਰ ਸ਼ਹਿਰ 'ਤੇ। ਅਸੀਂ ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਜੋਧਪੁਰ ਦੇ ਬਹੁਤ ਹੀ ਫੇਮਸ ਮਹਿਰਾਨਗੜ੍ਹ ਫੋਰਟ ਦੇ ਉੱਤੇ। ਸੋ ਸਰ, ਉਹਦੀ ਓਪਨਿੰਗ ਦਾ ਟਾਈਮ ਹੈ ਜੀ, ਓਪਨ ਕਰਨ ਦਾ ਸਵੇਰੇ 9 ਵਜੇ ਜੋ ਉਹਦੇ ਟਾਈਮਿੰਗਸ ਹੈ। ਸੋ ਹੁਣ ਜੀ ਟਾਈਮ ਹੋ ਗਿਆ ਕੋਈ 8:30 ਦੇ ਕਰੀਬ, 5 ਤੋਂ 10 ਮਿੰਟ ਸਾਨੂੰ ਜਾਣ ਨੂੰ ਲੱਗਣਗੇ। 5 ਤੋਂ 10 ਮਿੰਟ ਅਸੀਂ ਬਾਹਰੋਂ ਤੁਹਾਨੂੰ ਉੱਥੇ ਖੜ੍ਹੇ ਹੋ ਕੇ ਦਿਖਾਉਣ ਦੇ ਚੱਲਾਂ, ਤਦ ਤੱਕ 9 ਵਜੇ ਜਾਣਗੇ ਅਤੇ ਅਸੀਂ ਆਪਾਂ ਫਿਰ ਅੰਦਰ ਜਾ ਸਕਦੇ। ਇੱਕ ਜ਼ਿਆਦਾ ਅਰਲੀ ਆਉਣ ਦਾ ਥੋੜ੍ਹਾ ਜਿਹਾ ਰੀਜ਼ਨ ਇਹ ਵੀ ਸੀ ਕਿ ਰੱਛ ਘੱਟ ਹੋਊਗਾ। ਸੋ ਕਿਉਂਕਿ ਅਸੀਂ ਅੱਜ ਹੀ ਸ਼ਾਮ ਨੂੰ ਅਜਮੇਰ ਲਈ ਵੀ ਨਿਕਲਣਾ ਆ, ਸਾਡੀ ਵਾਪਸੀ ਚੱਲ ਰਹੀ ਆ। ਸੋ ਅਸੀਂ ਸਾਨੂੰ ਇਹ ਸੀ ਕਿ ਅਸੀਂ ਜਿੰਨੀ ਜਲਦੀ ਹੋ ਸਕੇ ਕਵਰ ਕਰਕੇ, ਇਸ ਤੋਂ ਬਾਅਦ ਇੱਕ ਪੈਲਸ ਹੈ ਜੀ ਇੱਥੇ, ਤੁਹਾਨੂੰ ਉਹ ਪੈਲਸ ਦਿਖਾਵਾਂਗੇ ਅਤੇ ਉਹ ਪੈਲਸ ਤੋਂ ਬਾਅਦ ਹੀ ਆਪਾਂ ਵਾਪਸੀ ਰਵਾਨਗੀ ਕਰਾਂਗੇ ਅਜਮੇਰ ਵੱਲ ਨੂੰ। ਸੋ ਇਸੇ ਕਰਕੇ ਅਸੀਂ ਥੋੜ੍ਹਾ ਜਿਹਾ ਅਰਲੀ ਵੀ ਆਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਥੋੜ੍ਹਾ ਜਿਹਾ ਅਰਲੀ ਕਰ ਲਈਏ। ਸੋ ਅਸੀਂ ਹੁਣ ਆਪਾਂ ਜਾ ਰਹੇ ਹਾਂ ਜੀ, ਤੁਹਾਨੂੰ ਰੋਡ ਦਿਖਾ ਦਿੰਦੇ ਹਾਂ ਜੀ। ਅਸੀਂ ਜਾ ਰਹੇ ਹਾਂ, ਚੜ੍ਹਾਈ ਚੜ੍ਹ ਰਹੇ ਹਾਂ ਜੀ ਫੋਰਟ ਵੱਲ ਨੂੰ। ਸਾਹਮਣੇ ਬਿਲਕੁਲ ਫੋਰਟ ਦਿਖਾਈ ਦੇ ਰਿਹਾ ਆ, ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਜੀ ਫੋਰਟ। ਆ ਬਿਲਕੁਲ ਜੀ, ਜਿਹੜੀ ਤੁਸੀਂ ਆ ਚੜ੍ਹਾਈ ਚੜ੍ਹਦੀ ਦੇਖ ਰੱਖ ਸਕਦੇ ਹੋ ਜੀ, ਅਸੀਂ ਜਾ ਰਹੇ ਹਾਂ ਉੱਪਰ ਨੂੰ। ਇਹ ਕਿਲ੍ਹਾ ਹੈ ਜੀ ਜੋ ਬਿਲਕੁਲ ਤੁਹਾਨੂੰ ਤੁਹਾਡੇ ਅਸੀਂ ਲੈਫਟ ਸਾਈਡ 'ਤੇ ਦਿਖਾਵਾਂਗੇ। ਬਿਲਕੁਲ ਇਹ ਜੀ ਬਿਲਕੁਲ ਪੂਰੇ ਸ਼ਹਿਰ ਤੋਂ ਉੱਚਾਈ ਦੇ ਉੱਤੇ ਸਥਿਤ ਹੈ ਜੀ, ਬਿਲਕੁਲ ਉੱਚਾਈ ਦੇ ਉੱਤੇ ਬਣਾਇਆ ਗਿਆ ਆ ਜੀ ਇਹ। ਸੋ ਇਹਦੀ ਤੁਹਾਨੂੰ ਅਸੀਂ ਉੱਪਰ ਜਾ ਕੇ ਹਿਸਟਰੀ ਵੀ ਦੱਸਾਂਗੇ ਜੀ ਕਿ ਕਿਹੜੇ ਰਾਜੇ ਨੇ ਬਣਾਇਆ ਸੀ ਔਰ ਕਿੰਨੇ ਰਾਜਿਆਂ ਨੇ ਇਹਨੂੰ ਕੰਪਲੀਟ ਕੀਤਾ ਆ ਔਰ ਇਹਨੂੰ ਬਣਨ ਦੇ ਵਿੱਚ ਕਿੰਨਾ ਸਮਾਂ ਲੱਗਾ ਆ। ਸੋ ਹੌਲੀ ਹੌਲੀ ਹੁਣ ਆਪਾਂ ਵੱਧਦੇ ਜਾ ਰਹੇ ਹਾਂ ਜੀ ਉੱਚਾਈ ਵੱਲ। ਬਹੁਤ ਹੀ ਉੱਚੀ ਜਗ੍ਹਾ 'ਤੇ ਇਹ ਕਿਲ੍ਹਾ ਬਣਿਆ ਹੋਇਆ ਆ। ਕੱਲ੍ਹ ਜਦੋਂ ਅਸੀਂ ਜੋਧਪੁਰ ਵੱਲ ਆ ਰਹੇ ਸੀ ਤਾਂ 20 ਤੋਂ 25 ਕਿਲੋਮੀਟਰ ਪਹਿਲਾਂ ਹੀ ਇਹ ਕਿਲ੍ਹਾ ਦੇਖਣਾ ਸਟਾਰਟ ਹੋ ਗਿਆ ਸੀ ਜੀ, ਇੰਨੀ ਉੱਚਾਈ ਦੇ ਉੱਤੇ ਇਹ ਕਿਲ੍ਹਾ ਬਣਿਆ ਹੋਇਆ ਆ। ਜਿੰਨੇ ਵੀ ਕਿਲ੍ਹੇ ਵੱਡੇ ਬਣੇ ਹੋਏ ਆ ਜੀ ਇੰਡੀਆ ਦੇ ਵਿੱਚ ਔਰ ਜਿਹੜੇ ਕਿ ਸਹੀ ਹਾਲਤ ਦੇ ਵਿੱਚ ਨੇ, ਉਹਨਾਂ ਵਿੱਚੋਂ ਹੀ ਇੱਕ ਇਹ ਮਹਿਰਾਨਗੜ੍ਹ ਫੋਰਟ ਹੈ ਜੀ, ਜਿਹਦੀ ਹਾਲਤ ਕਹਿ ਸਕਦੇ ਹਾਂ ਕਿ ਬਿਲਕੁਲ ਸਹੀ ਆ, ਕਾਫੀ ਜ਼ਿਆਦਾ ਸੰਭਾਲਿਆ ਹੋਇਆ ਆ ਔਰ ਕਾਫੀ ਜ਼ਿਆਦਾ ਵੱਡਾ ਕਿਲ੍ਹਾ ਆ ਜੀ ਇੰਡੀਆ ਦਾ ਇਹ, ਔਰ ਖੂਬਸੂਰਤੀ ਤਾਂ ਇਹਦੀ ਦੇਖਦੇ ਬਣਦੀ ਹੈ ਜੀ। ਜੋ ਕਿ ਤੁਸੀਂ ਦੇਖ ਸਕਦੇ ਆ ਜੀ ਬਹੁਤ ਹੀ ਖੂਬਸੂਰਤ ਕਿਲ੍ਹਾ ਔਰ ਰੋਡ ਵੀ ਕਾਫੀ ਅੱਛੀ ਜਾਂਦੀ ਹੈ ਜੀ ਕਿਲ੍ਹੇ ਵੱਲ ਨੂੰ। ਅਸੀਂ ਕਾਫੀ ਅਰਲੀ ਆ ਗਏ ਹਾਂ, ਹੁਣ ਪਤਾ ਨਹੀਂ ਅਜੇ ਐਂਟਰੀ ਕਦੋਂ ਤੱਕ ਸਟਾਰਟ ਹੋ ਜਾਊਗੀ। ਅਸੀਂ ਟਰਾਈ ਕਰਾਂਗੇ ਸਾਨੂੰ 5-10 ਮਿੰਟ ਪਹਿਲਾਂ ਹੀ ਐਂਟਰੀ ਦੇ ਦੇਣ, ਕਿਉਂਕਿ ਫਿਰ ਜਦੋਂ ਟੂਰਿਸਟ ਅਸੀਂ ਕੱਲ੍ਹ ਇੱਥੇ ਥੋੜ੍ਹਾ ਜਿਹਾ ਸਿਟੀ ਦੇ ਵਿੱਚ ਦੇਖਿਆ ਵੀ ਸੀ ਅਤੇ ਪਤਾ ਵੀ ਕੀਤਾ ਸੀ ਕਿ ਟੂਰਿਸਟ ਆਉਣੇ ਸਟਾਰਟ ਹੋ ਚੁੱਕੇ ਆ ਆਲਰੇਡੀ, ਕਿਉਂਕਿ ਇਹ ਸੀਜ਼ਨ ਹੈ ਜੀ ਇਹਨਾਂ ਸ਼ਹਿਰਾਂ ਦਾ, ਇਹਨਾਂ ਦਿਨਾਂ ਦੇ ਵਿੱਚ ਹੀ ਇੱਥੇ ਟੂਰਿਸਟ ਆਉਂਦੇ ਆ ਜੀ। ਜੀ ਅਸੀਂ ਹੁਣ ਪਾਰਕਿੰਗ 'ਚ ਗੱਡੀ ਲਗਾ ਕੇ ਵੱਧਦੇ ਪਏ ਹਾਂ ਮਹਿਰਾਨਗੜ੍ਹ ਫੋਰਟ ਵੱਲ। ਬਹੁਤ ਹੀ ਵਿਸ਼ਾਲ ਬਿਲਡਿੰਗ ਹੈ ਜੀ, 200 ਰੁਪਇਆ ਸ਼ਾਇਦ ਇਹਦੀ ਟਿਕਟ ਹੈ ਜੀ ਫੋਰਟ ਦੀ, 50 ਰੁਪਏ ਲੱਗੇ ਆ ਜੀ ਪਾਰਕਿੰਗ ਦੇ। ਬਾਕੀ ਤੁਹਾਨੂੰ ਦਿਖਾਉਂਦੇ ਹਾਂ ਨੇੜੇ ਜਾ ਕੇ। ਇਹ ਹੈ ਜੀ ਮਹਿਰਾਨਗੜ੍ਹ ਫੋਰਟ ਦੀ ਐਂਟਰੈਂਸ। ਚੈਕਿੰਗ ਚੁੱਕਿੰਗ ਕਰਾਉਣ ਤੋਂ ਬਾਅਦ ਅਸੀਂ ਮਸੀ ਪਾਰਕਿੰਗ ਦੇ ਉੱਤੇ ਤੁਰ ਕੇ ਆਏ ਸੀ। ਇੱਥੇ ਇਹਨਾਂ ਨੇ ਸਾਡੇ ਬੈਗ 'ਚ ਡਰੋਨ ਦੇਖਿਆ, ਕਹਿੰਦੇ ਅੰਦਰ ਨਹੀਂ ਲੈ ਕੇ ਜਾਣਾ। ਸੋ ਇਹਨਾਂ ਨੇ ਸਾਨੂੰ ਫਿਰ ਵਾਪਸ ਭੇਜਿਆ।
ਅੱਜ ਨਹੀਂ ਛੱਡਦੇ ਸਾਨੂੰ ਇਹ। ਹਾਥੀ ਦੇ ਉੱਪਰ ਰੱਖਿਆ ਜਾਂਦਾ ਸੀ ਜੀ, ਹਾਥੀ ਦੇ ਉੱਪਰ ਇਹਨੂੰ ਮੰਨਿਆ ਜਾਂਦਾ, ਫਿਰ ਉੱਤੇ ਰਾਜਾ ਬਣਦਾ ਇਸ ਤਰ੍ਹਾਂ। ਆ ਵੇਖੋ ਇਹ ਸਭ ਰਾਜੇ ਦਾ ਟਾਈਮ ਦਾ ਹੀ ਹੈ ਜੀ। ਇਹ ਸਭ ਹਾਥੀ ਦੇ ਉੱਪਰ ਹੀ ਬੰਨਿਆ ਜਾਣੀਆਂ ਕਾਠੀਆਂ ਜੀ। ਸਾਡੇ ਲੱਡੂ ਜੀ ਗੋਰੇ ਨਾਲ ਵਾਰਤਾਲਾਪ ਕਰਦੇ ਹੋਏ, ਗੋਰੇ ਨੇ ਇੱਕ ਫੋਟੋ ਖਿੱਚੀ ਸੀ, ਗੋਰਾ ਲੱਡੂ ਜੀ ਨੂੰ ਦਿਖਾ ਰਿਹਾ ਸੀ, ਆ ਦੇਖ ਮੈਂ ਕਿੰਨੀ ਸੋਹਣੀ ਫੋਟੋ ਖਿੱਚੀ ਹੈ। ਲੱਡੂ ਜੀ ਉੱਤੇ ਆਪਣੇ ਕਮੈਂਟ ਦਿੰਦੇ ਹੋਏ, ਅੰਮ੍ਰਿਤਸਰ ਸੀਗੇ। ਅੱਛਾ, ਕਹਿੰਦੇ ਕਿਚਨ ਸੀਗੀ ਬਹੁਤ ਵਧੀਆ। ਵਾਟ ਇਜ਼ ਦਾ ਨੇਮ ਆਫ ਦੈਟ ਕਿਚਨ, ਯੂ ਨੋ, ਰਿਮੈਂਬਰ ਦੈਟ ਕਿਚਨਸ ਨੇਮ ਇਨ ਅੰਮ੍ਰਿਤਸਰ? ਇਨ ਜਲੰਧਰ? ਨੋ, ਗੋਲਡਨ ਟੈਂਪਲ। ਗੋਲਡਨ ਟੈਂਪਲ, ਓਕੇ। ਹੀ ਇਜ਼ ਟਾਕਿੰਗ ਅਬਾਊਟ ਗੁਰਦੁਆਰਾਸ ਕਿਚਨ। ਹਾਂ, ਗੁਰਦੁਆਰਾਸ ਕਿਚਨ ਦਾ ਲੰਗਰ। ਲੰਗਰ, ਯਾ, ਯੂ ਆਰ ਟਾਕਿੰਗ ਅਬਾਊਟ ਲੰਗਰ, ਯਾ। ਆ ਜੀ ਉਹ ਬੱਗੀਆਂ ਆ ਜਿਹਦੇ ਉੱਤੇ ਜਿਹੜੇ ਦਾਸ ਆ ਉਹ ਰਾਜੇ ਨੂੰ ਜਿੱਦਾਂ ਬਿਠਾ ਕੇ ਲਿਆਉਂਦੇ ਹੁੰਦੇ ਸੀ। ਆ ਦੇਖੋ ਜਿੱਦਾਂ ਹੁਣ ਅਸੀਂ ਚੜ੍ਹ ਕੇ ਆਏ ਹਾਂ, ਸਾਡੇ ਤਾਂ ਬੱਸ ਹੋ ਗਈ, ਰਾਜਿਆਂ ਦਾ ਕੀ ਸੀ, ਉਹਨੇ ਤਾਂ ਰਾਣੀਆਂ ਨੇ, ਰਾਜਿਆਂ ਨੇ ਬਹਿਣਾ ਹੀ ਆ ਜੀ। ਆਹ ਰਾਣੀ ਦਾ ਆ ਜੀ, ਜਿਹਦੇ ਵਿੱਚ ਰਾਣੀ ਬਹਿ ਕੇ ਆਉਂਦੀ ਹੁੰਦੀ ਸੀ, ਪਰਦਾ ਕਰ ਦਿੱਤਾ ਜਾਂਦਾ ਸੀ। ਆਹ ਰਾਜੇ ਦਾ ਆ ਜੀ, ਆਹ ਵੀ ਮੇਨ ਰਾਜੇ ਦਾ ਆ, ਇਹਨੂੰ ਬੰਦੇ ਚੱਕ ਕੇ ਲਿਆਉਂਦੇ ਹੁੰਦੇ ਸੀ। ਆ ਫਿਰ ਰਾਣੀ ਦਾ ਹੈ ਜੀ, ਬੰਦ ਹੋ ਜਾਂਦਾ ਸੀ ਰਾਣੀ ਵਿੱਚ, ਫਿਰ ਤੁਹਾਨੂੰ ਪਤਾ ਪਰਦਾ ਪ੍ਰਥਾ ਸੀ, ਲੁਕ ਛਿਪ ਕੇ ਢੱਕ ਕੇ। ਸੋਹਣਾ ਬਣਿਆ ਜੀ ਹੈਗਾ ਤਸਵੀਰ ਸਟੂਡੀਓ, ਇੱਥੇ ਤੁਸੀਂ ਅੰਦਰ ਜਾ ਕੇ ਰਾਜੇ ਰਾਣੇ ਵਾਲੀਆਂ ਪੁਸ਼ਾਕਾਂ ਪਾ ਕੇ ਅਤੇ ਫੋਟੋ ਕਲਿੱਕ ਕਰਵਾ ਸਕਦੇ ਹੋ, ਜੋ ਕਿ ਅਸੀਂ ਤਾਂ ਨਹੀਂ ਕਰਵਾਉਣੀ, ਕਿਉਂਕਿ ਲੱਡੂ ਰਾਣੀ ਬਣਿਆ ਕਿੱਦਾਂ ਲੱਗੂਗਾ। ਹਾਂਜੀ, ਕਿਆ ਸ਼ਾਨਦਾਰ ਕਲਾਕਾਰੀ ਹੈ ਯਾਰ।
ਰਾਜਿਆਂ ਨੇ ਨਾ ਸਾਰੀ ਧੰਨ ਦੌਲਤ ਲੁੱਟਾ ਛੱਡੀ, ਪਹਿਲਾਂ ਮੁੱਲਾਂ ਦੇ ਆਪਣੀ ਐਸ਼ ਪ੍ਰਸਤੀ 'ਤੇ ਲੁੱਟਾ ਛੱਡੀ। ਸਾਰਾ ਘੁੰਮਣਾ ਹੋਵੇ ਤਾਂ ਬੰਦੇ ਨੇ ਕਿੱਥੋਂ ਘੁੰਮ ਲੈਣਾ। ਇਹ ਕਿਹਦਾ ਆ? ਹਾਂ ਇਹ ਜੀ, ਇਸ ਭਵਯ ਅਹਿਮ ਇਤਿਹਾਸਿਕ ਪਾਲਕੀ ਕੋ ਜੋਧਪੁਰ ਕੇ ਮਹਾਰਾਜਾ ਅਭਯ ਸਿੰਘ ਅਹਿਮਦਾਬਾਦ ਗੁਜਰਾਤ ਕੇ ਸੂਬੇਦਾਰ ਸਰ ਬੁਲੰਦ ਖਾਂ ਕੋ 1730 ਈਸਵੀ ਕੇ ਯੁੱਧ ਮੇਂ ਹਰਾ ਕਰ ਲਾਏ ਥੇ। ਯੇ ਮਹਾਡੋਲ ਗੁਜਰਾਤੀ ਕਾਸ਼ਤਕਾਰੀ ਕਾ ਉਤਕ੍ਰਿਸ਼ਟ ਨਮੂਨਾ ਹੈ। ਲੱਕੜੀ ਪਰ ਸੁੰਦਰ ਨਕਾਸ਼ੀ, ਮੁਲੰਮਾ ਸੋਨੇ ਕੇ ਪਾਣੀ ਕਾ ਕਾਮ, ਅਹਿਮ ਜੜਿਤ ਕਾਚ ਇਸਕੀ ਵਿਸ਼ੇਸ਼ਤਾ ਹੈ। 18ਵੀਂ ਸ਼ਤਾਬਦੀ ਗੁਜਰਾਤ। ਲਓ ਜੀ, ਆ ਗੁਜਰਾਤ 'ਚੋਂ ਲੁੱਟ ਕੇ ਲਿਆਇਆ ਸੀ ਜੀ ਰਾਜਾ। ਆਹ ਤੋਪਾਂ ਜੀ ਉਹਨਾਂ ਦੀਆਂ, ਆਹ ਵਿਆਹ ਦਾ ਜੀ ਇਹਨਾਂ ਦਾ, ਕੋਈ ਵਿਆਹ 'ਚ ਵਰਤਦੇ ਹੁੰਦੇ ਸੀ ਇਹ ਹਿੰਦੂ ਰਾਜ। ਅੱਛਾ, ਉਹਦੀ ਦੀਵਾਰ 'ਤੇ ਲੱਗਦਾ ਸੀ। ਓਕੇ, ਹਾਂਜੀ ਇਹ ਕੀ ਹੈ ਜੀ? ਹਾਂ, ਮਹਾਰਾਜਾ ਅਜੀਤ ਸਿੰਘ ਜੀ ਦੀ ਛਵੀ ਹੈ ਜੀ, ਕਲਾਕ੍ਰਿਤੀ ਹੈ ਜੀ, ਉਹਨਾਂ ਦੀ ਤਸਵੀਰ ਹੈ ਜੀ। ਕੋਈ ਦੇਖਣ ਵਾਲੀ ਚੀਜ਼ ਦਿਖਾਉਂਦੇ ਤੁਹਾਨੂੰ, ਉਹ ਹੈਗੀ ਇੱਥੇ ਦੀ ਸ਼ਿਲਪਕਾਰੀ। ਉੱਥੇ ਤਾਂ ਵੱਟ ਕੱਢੇ ਪਏ ਆ। ਹਾਂਜੀ ਇਹ ਕੀ ਹੈ ਜੀ? ਹੈਂ ਪਾਂਦਾ, ਪਾਂਦਾ ਨੇ ਬੜਾ ਆ ਜਿਹੜਾ ਅਮਰੀਕਾ ਬਾਕਸ ਆ, ਤੇ ਪੈਨ ਬਾਕਸ। ਅੱਛਾ, ਜੇ ਪੈਨ ਰੱਖਦੇ, ਪੈਨ ਵੀ ਰੱਖਦੇ ਇਹਨਾਂ, ਆਹ ਵੀ ਰਾਜਾ ਦੇ ਪਾਣ ਬਾਕਸ ਵਿੱਚ ਹੀ ਰੱਖਦੇ। ਇਨਵੀਟੇਸ਼ਨ ਵਿਆਹਾਂ ਦੇ, ਲਓ ਜੀ ਰਾਜੇ ਦੀ ਪੋਸ਼ਾਕ। ਆਹ ਕੱਪੜੇ ਪਾ ਕੇ ਤਾਂ ਮਹਾਰਾਜਾ ਅਜੀਤ ਸਿੰਘ ਜੀ ਇੱਥੇ ਰਾਜ ਕਰਦੇ ਸੀ। ਹਾਂਜੀ ਇਹ ਕੀ ਹੈ ਜੀ? ਇਹਦਾ ਨਾਮ ਹੈ ਬਿਦਰੀ ਹੈਦਰਾਬਾਦ ਕੇ ਪ੍ਰਸਿੱਧ ਸਥਾਨ, ਬਿਦਰ ਕੇ ਨਾਮ ਪਰ ਪੜਾ ਹੈ। ਬਿਦਰ ਜੀ, ਆਹ ਰਾਣੀਆਂ ਇੱਦਾਂ ਸਜਾਵਟ ਕਰਕੇ ਰੱਖਦੀਆਂ। ਹਾਂਜੀ ਲੋਕਸ ਜਿੰਦੇ ਜੀ, ਇਹ ਲਾਈ ਜਾਂਦੇ ਸੀ ਮਹਿਲ ਨੂੰ ਕੋਇਨਸ ਉਸ ਟਾਈਮ ਦੇ। ਸਿਲਵਰ ਕੋਇਨ, ਸਿਲਵਰ ਕੋਇਨ, ਆਹ ਗੋਲਡ ਦਾ ਹੈ। ਲਓ ਜੀ ਆਹ ਆ ਸਾਡੇ ਜੱਟਾਂ ਦੀ ਪਹਿਲੀ ਪਸੰਦ ਅਤੇ ਉਸ ਟਾਈਮ ਦੀਆਂ ਬੰਦੂਕਾਂ, ਜੋ ਕਿ ਦੋ ਬੰਦੇ ਰਲ ਕੇ ਚੱਕਦੇ ਸੀ।